ਕੀ ਨਾਮ ਹੈ ਤੁਹਾਡਾ? ਡਾਕਟਰ ਕਮਰਜੀਤ ਸਿੰਘ ਉਰੇ ਹੈ ਜੀ। ਮੈਂ ਪ੍ਰਿੰਸੀਪਲ ਗੁਰਮਤਿ ਕਾਲਜ ਪਟਿਆਲਾ ਹਾਂ। ਸਰ ਦੱਸ ਦਿਓ ਕੀ ਆਪਣਾ ਜਿਹੜਾ ਬੈਠ ਹੋਏ ਫਿਲਮ ਲੈ ਕੇ ਕੀ ਕਰਨਾ? ਹਾਂ, ਅਸੀਂ ਨਾਨਕ ਸ਼ਾਹ ਫਕੀਰ ਫਿਲਮ ਦੇ ਰਿਲੀਜ਼ ਦੇ ਰੋਸ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਅਤੇ ਅਸੀਂ ਇੱਥੇ ਰਲ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਸਾਰੇ ਸਮੂਹ ਗੁਰਮਤਿ ਕਾਲਜ ਪਰਿਵਾਰ ਨੇ, ਅਤੇ ਅਰਦਾਸ ਕੀਤੀ ਹੈ ਵਾਹਿਗੁਰੂ ਅੱਗੇ ਕਿ ਵਾਹਿਗੁਰੂ ਇਹਨਾਂ ਲੋਕਾਂ ਨੂੰ ਸਮਤ ਬਖਸ਼ੇ ਕਿ ਇਹੋ ਜਿਹੇ ਰਾਹ ਨਾ ਪੈਣ, ਕਿਉਂਕਿ ਇਹ ਇਹੋ ਜਿਹੀ ਫਿਲਮ ਅਤੇ ਇਹੋ ਜਿਹੀਆਂ ਚੀਜ਼ਾਂ ਸਿੱਖ ਸਿਧਾਂਤਾਂ ਤੋਂ ਬਿਲਕੁਲ ਉਲਟ ਨੇ। ਗੁਰਬਾਣੀ ਇਸ ਗੱਲ ਦੀ ਵਿਰੋਧਤਾ ਕਰਦੀ ਹੈ। ਗੁਰਬਾਣੀ ਬਿਲਕੁਲ ਸਾਫ ਸਪਸ਼ਟ ਸ਼ਬਦਾਂ 'ਚ ਕਹਿੰਦੀ ਹੈ ਕਿ ਗੁਰੂ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ ਸਤਿਗੁਰ ਕੀ ਰੀਸ ਹੈ, ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀ ਹੈ। ਸੋ ਇੱਥੇ ਸਾਫ ਜ਼ਾਹਿਰ ਹੈ ਕਿ ਸਤਿਗੁਰਾਂ ਦੀ ਜਾਂ ਗੁਰੂ ਦੇ ਸਿੱਖਾਂ ਦੀ ਰੀਸ ਨਹੀਂ ਕੀਤੀ ਜਾ ਸਕਦੀ। ਚੌਥੇ ਪਾਤਸ਼ਾਹ ਦਾ ਵੀ ਫਰਮਾਨ ਹੈ, ਧੁਰ ਭਗਤ ਜਨਾਂ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ, ਮੂਰਖ ਹੋਵੇ ਸੋਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹਕਾਰਾ। ਸੋ ਇਹ ਗੁਰਬਾਣੀ ਦੇ ਅਨੁਸਾਰ ਮੂਰਖਾਂ ਦਾ ਕੰਮ ਹੈ ਭਗਤ ਜਨਾਂ ਦੀ ਰੀਸ ਕਰਨੀ, ਉਹਨਾਂ ਦੇ ਰੋਲ ਕਰਨੇ, ਇਹ ਸਿੱਖੀ ਸਿਧਾਂਤਾਂ ਦੇ ਅਨੁਰੂਪ ਨਹੀਂ। ਸਿੱਖ ਜਿਹੜੇ ਹਨ ਬਾਣੀ ਪੂਜਕ ਹਨ, ਗੁਰਮੂਰਤ ਗੁਰ ਸ਼ਬਦ ਹੈ, ਭਾਈ ਗੁਰਦਾਸ ਜੀ ਦਾ ਵੀ ਫਰਮਾਨ ਹੈ, ਅਤੇ ਅਸੀਂ ਬਾਣੀ ਨੂੰ ਹੀ ਮੰਨਣਾ ਹੈ। ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਪੰਕਤੀ ਜਿਹੜੀ ਮੈਂ ਬੋਲੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਗੁਰਬਾਣੀ ਬਣੀਆਂ ਦੀ ਗੱਲ ਕਹੀ ਹੈ ਕਿ ਨਾ ਕਿ ਉਹਨਾਂ ਦੀ ਰੀਸ ਕਰਨ ਦੀ। ਉਹਨਾਂ ਦੀ ਰੀਸ ਅਸੀਂ ਸਿਰਫ ਉਹਨਾਂ ਦੇ ਇਸ਼ਾਰਿਆਂ 'ਤੇ ਚੱਲ ਕੇ ਕਰ ਸਕਦੇ ਹਾਂ, ਇਹ ਰੀਸ ਕਰਨੀ ਸਾਨੂੰ ਸ਼ੋਭਾ ਨਹੀਂ ਦਿੰਦੀ। ਬੇਸ਼ੱਕ ਹੋਰ ਧਰਮਾਂ ਵਿੱਚ ਵੀ ਇਹ ਰੀਸ ਨਹੀਂ ਕੀਤੀ ਜਾ ਰਹੀ, ਸਾਡੇ ਧਰਮ 'ਚ ਵੀ ਇਹ ਰੀਸ ਵਰਜਿਤ ਹੈ, ਫਿਰ ਵੀ ਇਹ ਇੱਕ ਬਹੁਤ ਖਤਰਨਾਕ ਆਰੰਭ ਹੋਏਗਾ ਜੇ ਇਸ ਫਿਲਮ ਨੂੰ ਰਿਲੀਜ਼ ਕਰਤਾ ਗਿਆ ਕਿ ਇੱਕ ਪ੍ਰੈਸੀਡੈਂਟ ਸੈੱਟ ਹੋ ਜਾਏਗਾ। ਕੱਲ੍ਹ ਨੂੰ ਹੋਰ ਵੀ ਖੜ੍ਹੇ ਹੋ ਜਾਣਗੇ, ਗੁਰੂ ਨਾਨਕ ਸਾਹਿਬ ਦਾ ਰੋਲ ਕਰਨਗੇ, ਮਾਤਾ ਤ੍ਰਿਪਤਾ ਦਾ ਰੋਲ ਕੀਤਾ ਜਾ ਰਿਹਾ, ਬੇਬੇ ਨਾਨਕੀ ਦਾ ਰੋਲ, ਉਹ ਲੋਕ ਕਰ ਰਹੇ ਆ ਜਿਨ੍ਹਾਂ ਦੇ ਕਿਰਦਾਰ ਬਹੁਤ ਹੀ ਨੀਵੇਂ ਦਰਜੇ ਦੇ ਨੇ। ਬੇਸ਼ੱਕ ਉੱਪਰਲੇ ਦਰਜੇ ਦੇ ਵੀ ਜੋ ਸਿੱਖ ਬੰਦੇ ਹਨ ਉਹਨਾਂ ਨੂੰ ਉਹਨਾਂ ਦਾ ਤਾਂ ਮਾਹੌਲ ਖਰਾਬ ਹੋਏਗਾ ਹੀ, ਕਿਉਂਕਿ ਉਹ ਜਾਣਦੇ ਕਿ ਸਿੱਖ ਸਿਧਾਂਤਾਂ ਤੋਂ ਉਲਟ ਹੈ, ਉਹ ਤਾਂ ਖੜ੍ਹੇ ਹੋ ਜਾਣਗੇ ਇਹਦੇ ਨਾਲ, ਕੋਈ ਕਲੇਸ਼ ਖੜ੍ਹਾ ਹੋ ਜਾਏ ਕੱਲ੍ਹ ਨੂੰ, ਅੱਗੇ ਹੀ ਪੰਜਾਬ ਵਿੱਚ ਮਸਾਂ ਹੀ ਸ਼ਾਂਤੀ ਹੋਈ ਹੈ, ਫਿਰ ਹੋਰ ਅਸ਼ਾਂਤੀ ਖੜ੍ਹੀ ਹੋ ਜਾਏਗੀ। ਸੋ ਸਰਕਾਰ ਨੂੰ ਚਾਹੀਦਾ ਕਿ ਇਹੋ ਜਿਹਾ ਵਾਤਾਵਰਨ ਖਰਾਬ ਕਰਨ ਵਾਲੇ ਕਦਮ ਨਾ ਚੁੱਕੇ। ਸੁਪਰੀਮ ਕੋਰਟ ਨੂੰ ਵੀ, ਆਨਰੇਬਲ ਸੁਪਰੀਮ ਕੋਰਟ ਨੂੰ ਵੀ ਇਹ ਗੱਲ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਡਿਸੀਜ਼ਨ ਨਾ ਲੈਣ ਜਿਹਦੇ ਨਾਲ ਮਾਹੌਲ ਹੋਰ ਖਰਾਬ ਹੋਵੇ। ਵਰਿੰਦਰ ਸਿੰਘ ਜੀ, ਮੈਂ ਸਟੂਡੈਂਟ ਹਾਂ ਇੱਥੋਂ ਜੀ, ਐਮ ਏ ਫਸਟ ਈਅਰ ਦੇ ਵਿੱਚ। ਇਹ ਕੁਝ ਆਪਣੇ ਨਿੱਜੀ ਫਾਇਦਿਆਂ ਵਾਸਤੇ, ਸਾਡੇ ਕੁਝ ਪੰਥਕ ਆਗੂ ਜਿਹੜੇ ਮੈਂ ਕਹਿੰਦਾ ਵਿਕੇ ਹੋਏ ਨੇ ਸਾਹਿਬ ਦੇ, ਉਹ ਸਿੱਖੀ ਸਿਧਾਂਤਾਂ ਨੂੰ ਢਾਹ ਲਾ ਰਹੇ ਨੇ। ਪਹਿਲਾਂ ਵੀ ਇੱਕ ਐਨੀਮੇਸ਼ਨ ਫਿਲਮ ਆਈ ਸੀ ਜਿਹੜੀ ਇੱਕ ਪੌੜੀ ਸੀ ਵੀ ਇਸ ਪਾਸੇ ਚੱਲ ਪਏ, ਪਹਿਲਾਂ ਐਨੀਮੇਸ਼ਨ ਫਿਲਮ ਲੈ ਕੇ ਆਏ, ਹੁਣ ਬੰਦਿਆਂ ਦੀ ਫਿਲਮ ਲੈ ਕੇ ਆ ਗਏ ਨੇ। ਜੇ ਇੱਦਾਂ ਹੀ ਕੰਮ ਚੱਲਦਾ ਰਿਹਾ ਤਾਂ ਕੱਲ੍ਹ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਕੋਈ ਰੂਪ ਧਾਰ ਕੇ ਕੋਈ ਐਡ ਦਿੰਦਾ ਵੀ ਨਜ਼ਰ ਆਵੇਗਾ ਕਿ ਕੋਈ ਕਿਸੇ ਚੀਜ਼ ਦੀ ਐਡ ਕਰ ਰਿਹਾ। ਇੱਦਾਂ ਹੀ ਪਹਿਲਾਂ ਇਹ ਫੋਟੋਆਂ ਲਿਆ ਕੇ ਸਿੱਖ ਧਰਮ ਦੇ ਵਿੱਚ ਆ ਗਏ, ਜੋ ਇੱਕ ਸਿੱਖ ਸਿਧਾਂਤਾਂ ਨੂੰ ਬਿਲਕੁਲ ਢਾਹ ਲਾਈ ਜਾ ਰਹੀ ਹੈ। ਸਿੱਖਾਂ ਨੂੰ ਸ਼ਬਦ ਪੂਜਕ ਦੀ ਥਾਂ 'ਤੇ ਇੱਕ ਮੂਰਤੀ ਪੂਜਕ ਵਿਖਾਇਆ ਜਾ ਰਿਹਾ। ਸਹੀ ਗੱਲ, ਇੱਕ ਪੰਜਾਬ ਦਾ ਮਾਹੌਲ ਵਿਗਾੜਨ ਵਾਸਤੇ ਅਤੇ ਸਿੱਖ ਧਰਮ ਨੂੰ ਖਤਮ ਕਰਨ ਵਾਸਤੇ। ਜੇ ਕਿਸੇ ਧਰਮ ਨੂੰ ਖਤਮ ਕਰਨਾ ਹੋਵੇ ਤਾਂ ਉਸ ਧਰਮ ਦੇ ਸਿਧਾਂਤਾਂ ਨੂੰ ਖਤਮ ਕਰ ਦਿਉ। ਉਦਾਹਰਣ ਦੇ ਵਾਸਤੇ ਆਪਾਂ ਵੇਖ ਸਕਦੇ ਹਾਂ ਕਿ ਬੁੱਧ, ਜਿਹੜਾ ਬੁੱਧ ਧਰਮ ਸੀ, ਮੂਰਤੀ ਪੂਜਾ ਦੇ ਬਿਲਕੁਲ ਖਿਲਾਫ ਸੀ, ਅੱਜ ਉਸੇ ਧਰਮ ਨੂੰ ਮੂਰਤੀ ਪੂਜਕ ਬਣਾ ਦਿੱਤਾ ਗਿਆ। ਉਹੀ ਕੰਮ ਅੱਜ ਸਿੱਖ ਧਰਮ ਦੇ ਨਾਲ ਹੋ ਰਿਹਾ ਕਿ ਸਿੱਖ ਧਰਮ ਦੇ ਸਿਧਾਂਤਾਂ ਨੂੰ ਖਤਮ ਕਰ ਦਿਉ ਤਾਂ ਕਿ ਇੱਥੇ ਜਿਹੜਾ ਹਿੰਦੂਇਜ਼ਮ ਹੈ ਟੋਟਲੀ ਫੈਲਾਇਆ ਜਾ ਸਕੇ। ਇਹ ਸਾਰਾ ਆਰ ਐੱਸ ਐੱਸ ਦੇ ਨਾਲ ਮਿਲ ਕੇ, ਕੁਛ ਸਾਡੇ ਸਿੱਖ ਪੰਥ ਜਿਹੜੇ ਆਗੂ ਵਿਕੇ ਹੋਏ ਨੇ,
ਇਹ ਸਭ ਕੁਝ ਮਿਲ ਕੇ ਕਰ ਰਹੇ ਨੇ ਤਾਂ ਕਿ ਸਿੱਖਇਜ਼ਮ ਨੂੰ ਖਤਮ ਕੀਤਾ ਜਾਵੇ ਅਤੇ ਜਿਹੜਾ ਉਹਨਾਂ ਦੇ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਹੈ ਕਿ ਸਿੱਖ ਕਿਸਾ ਤਰੀ ਹਿੰਦੂ ਨੇ, ਉਸ ਗੱਲ ਨੂੰ ਸਾਬਤ ਕੀਤਾ ਜਾਵੇ, ਇਹ ਤਾਂ ਸਭ ਕੁਝ ਹੋ ਰਿਹਾ।